तस्वीरां विच रैली दे रूप विच दिख रही ए भीड़ है अकाली दल दे गद्दावर नेता सुखदेव सिंह ढींडसा दे दर ते, जिथे एक मीटिंग दी कॉल ते हजारां दी गिनती विच अकाली वर्कर कट्ठे हो गए, जिसनूं सुखदेव सिंह ढींडसा दा शक्ति प्रदर्शन भी कहा जा सकता है। बंदा कहदे वे मैं कोई टेलीफोन किसे नूं कीता, वर्करां ने आप टेलीफोन करके आपो अपने ते अज एड्डी वड्डी तादाद विच आए ने। मैं सारे वर्करां दा, सारे मुखियां दा, सारयां दा धन्नवाद करना चाहुंदा कि उन्होंने बिना मेरे उस तो एड्डी वड्डी तादाद विच आए। हालांकि साडा सिर्फ मिलन लई ਮੇਰਾ ਮੀਟਿੰਗ ਅਸੀਂ ਰੱਖਾਂਗੇ। ਝੁੰਦਾ ਸਾਹਿਬ ਦਾ ਜਿਹੜਾ ਬਿਆਨ ਆਇਆ ਕੱਲ ਵੀ, ਜਿਹੜੇ ਉੱਥੇ ਜਾਣਗੇ ਉਹਨਾਂ ਨੂੰ ਪਾਰਟੀ ਚੋਂ ਨਿਸ਼ਕਾਸ਼ਿਤ ਕੀਤਾ, ਉਹ ਪਹਿਲਾਂ ਵੀ ਕੱਢਦੇ ਰਹੇ ਨੇ, ਕੱਢ ਲੈਣ ਜਿਹਨੂੰ ਕੱਢਣਾ। ਪਹਿਲਾਂ ਤਾਂ ਝੁੰਦਾ ਸਾਹਿਬ ਦੇ ਦਰਸ਼ਨ ਵੀ ਉਹ ਚੁਣੇ ਹੋਏ ਨੇ, ਜਿਸ ਲਈ ਸਾਡੀ ਲੜਾਈ ਹੈ ਕਿ ਚੁਣਿਆ ਜਾਵੇ ਹਰ, ਚਾਹੇ ਸਰਕਲ ਦਾ ਪ੍ਰਧਾਨ ਹੋਵੇ, ਚਾਹੇ ਜ਼ਿਲ੍ਹੇ ਦਾ ਪ੍ਰਧਾਨ ਹੋਵੇ, ਚਾਹੇ ਹੁੰਦੇ ਵੱਡਾ ਪ੍ਰਧਾਨ ਹੋਵੇ, ਉਹ ਦੱਸੋ ਵੀ ਇਹਨਾਂ 'ਚ ਕੋਈ ਚੁਣਿਆ ਹੋਇਆ ਹੈ। ਵਰਕਰ ਬਹੁਤ ਜ਼ਿਆਦਾ ਸੀਗੇ, ਕੋਈ ਡਾਊਟ ਨਹੀਂ, ਬਟ ਕਿਸੇ ਵੀ ਹਲਕਾ ਇੰਚਾਰਜ ਨੇ ਜਾਂ ਜ਼ਿਲ੍ਹਾ ਪ੍ਰਧਾਨ ਜਿਹੜੇ ਆਪਣੇ ਹੈਗੇ ਸੀਗੇ, ਉਹਨਾਂ ਨੇ ਇਹਦੇ 'ਚ ਤੁਹਾਡੀ ਮਿਲਣੀ 'ਚ ਸ਼ਿਰਕਤ ਨਹੀਂ ਕੀਤੀ, ਇਹਨੂੰ ਕਿਵੇਂ ਦੇਖਾਂਗੇ? ਕਿਵੇਂ ਬਾਬੂ ਪ੍ਰਕਾਸ਼ ਚੰਦ, ਜਿਵੇਂ ਬਾਬੂ ਪ੍ਰਕਾਸ਼ ਜਿਹਦੇ ਤੁਹਾਡੇ ਸੱਜੇ ਖੱਬੇ ਰਹਿਣ ਵਾਲੇ ਜਿੰਨੇ ਵੀ ਹਲਕਾ, ਮੈਂ ਕਿਸੇ ਨੂੰ ਨਹੀਂ ਕਿਹਾ, ਕੋਈ ਆਵੇ ਨਾ ਆਵੇ, ਮੈਂ ਨਾ ਨਹੀਂ, ਮੈਂ ਮੈਨੂੰ ਤਾਂ ਚਾਹੀਦਾ ਲੋਕਾਂ ਦੀ ਤਾਕਤ। ਠੀਕ ਹੈ ਜੀ। ਮੈਨੂੰ ਇਹ ਲੋਕ ਨੇ ਜਿਹੜੇ, ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਈ ਲੋਕ ਨੇ ਜਿਹੜੇ, ਕਈ ਟਿਕਟਾਂ ਵਾਲੇ, ਕਈ ਅਹੁਦਿਆਂ ਨੂੰ ਮੰਗਣ ਵਾਲੇ, ਕੋਈ ਚਾਪਲੂਸੀ ਉਸ ਤਰ੍ਹਾਂ ਦੀ ਕਰਨ ਵਾਲੇ ਨੇ, ਅਸੀਂ ਕਹਿ ਰਹਿਣ, ਸਾਨੂੰ ਲੋਕਾਂ ਦੀ ਤਾਕਤ ਦੀ ਲੋੜ ਹੈ, ਨਾ ਕਿ ਕਿੰਨੇ ਸਰਪੰਚ ਆਏ, ਕਿੰਨੀ ਤਾਦਾਦ ਵਿੱਚ ਸਰਪੰਚ ਆਏ, ਕਿੰਨੇ ਆਗੂ ਆਏ। ਸ਼੍ਰੋਮਣੀ ਅਕਾਲੀ ਦਲ ਵਿੱਚ ਉਫਾਨ ਮੱਚ ਗਿਆ ਹੈ। ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਜੰਗ ਵਿੱਢ ਦਿੱਤੀ ਹੈ ਤੇ ਬਗਾਵਤੀ ਸੁਰ ਅਜਿਹੇ ਕਿ ਅਕਾਲੀ ਦਲ ਲਈ ਵੱਡੀ ਮੁਸੀਬਤ ਬਣ ਸਕਦੇ ਹਨ। ਢੀਂਡਸਾ ਦਾ ਦੋਸ਼ ਹੈ ਕਿ ਸੁਖਬੀਰ ਬਾਦਲ ਪਾਰਟੀ ਨੂੰ ਖਰਾਬ ਕਰ ਰਹੇ ਹਨ, ਇਸ ਲਈ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਕਾਲੀ ਦਲ ਨੂੰ ਚਾਹੁੰਦੇ ਨੇ, ਪਰ ਉਹ ਜਿਹੜਾ ਅਕਾਲੀ ਦਲ ਦਾ ਜਿਹੜੀ ਨੁਮਾਇੰਦਗੀ ਕਰਨ ਵਾਲੇ ਨੂੰ ਇੱਕ ਅੱਛੇ ਵਿਅਕਤੀ ਨੂੰ ਚਾਹੁੰਦੇ ਨੇ, ਤੇ ਵੀ ਸੁਖਬੀਰ ਬਾਦਲ ਨੂੰ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਕਿਹਾ ਸੀ ਪਹਿਲਾਂ, ਮੈਂ ਤਾਂ ਕੌਣ ਕਮੇਟੀ 'ਚ ਕਹਿ ਰਿਹਾ ਜਦੋਂ ਇਲੈਕਸ਼ਨ ਸਿਆ ਰਿਹਾ। ਕੀ ਹੋਣਾ ਚਾਹੀਦਾ ਜੀ, ਤੁਸੀਂ ਇਹ ਦੱਸੋ? ਅਸੀਂ ਕਹਿ ਵੀ ਡੈਮੋਕ੍ਰੇਟਿਕ ਢੰਗ ਨਾਲ ਚੁਣੇ ਜਾ, ਹੁਣ ਕੋਈ ਪ੍ਰਧਾਨਗੀ ਚੁਣੀ ਆ, ਉਹ ਇੱਥੇ ਡੈਲੀਗੇਟ ਜਿਹੜੇ ਬਣੇ ਨੇ ਬਹੁਤੇ ਜ਼ਿਲ੍ਹਿਆਂ 'ਚੋਂ ਤਾਂ ਰੈਜ਼ੋਲਿਊਸ਼ਨ ਪਵਾ ਲਏ ਕਿ ਹਾਂਜੀ ਅਸੀਂ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੰਦੇ ਹਾਂ ਕਿ ਉਹ ਚੁਣ ਲੈਣ, ਡੈਲੀਗੇਟ ਵੀ ਕਦੇ ਚੁਣੇ ਜਾਂਦੇ। ਅਕਾਲੀ ਦਲ ਹੈ ਉਹਨੂੰ ਤੁਸੀਂ ਦੁਬਾਰਾ ਮਤਲਬ ਲੀਹਾਂ 'ਤੇ ਲਿਆਓਗੇ? ਬਿਲਕੁਲ ਉਸੇ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਅਸੀਂ ਚਾਹਾਂਗੇ। ਢੀਂਡਸਾ ਸਾਹਿਬ, ਸੁਖਬੀਰ ਸਿੰਘ ਬਾਦਲ ਤੁਹਾਡੇ ਬਿਆਨ ਤੋਂ ਬਾਅਦ ਦਾਅਵਾ ਕਰ ਰਹੇ ਨੇ ਕਿ ਜਿਹੜੀ ਮੇਰੀ ਚੋਣ ਹੋਈ ਹੈ ਉਹ ਡੈਲੀਗੇਟਰ ਆਈ ਹੋਈ ਹੈ, ਬਿਲਕੁਲ ਸਹੀ ਹੋਈ ਹੈ? ਮੇਰੀ ਗੱਲ ਸੁਣੋ, ਉਹਨੇ ਤਾਂ ਕਹਿਣਾ ਹੀ ਹੈ। ਮੈਂ ਕਹਿੰਦਾ ਵੀ ਤੁਸੀਂ ਦੱਸੋ ਸਰ, ਡੈਲੀਗੇਟ ਪੁੱਛੋ ਤਾਂ ਸਹੀ, ਡੈਲੀਗੇਟ ਕਿਵੇਂ ਚੁਣੇ ਗਏ ਨੇ? ਸਰ ਬੀਬੀ ਪਟਲ ਕਹਿ ਰਹੇ ਨੇ ਕਿ ਜਿਹੜਾ ਸੁਖਦੇਵ ਸਿੰਘ ਢੀਂਡਸਾ ਨੇ, ਉਹਨਾਂ ਨੇ ਸਿਰਫ ਉਹਦੇ ਸੱਡੇ ਉਹਨਾਂ ਤੋਂ ਅਸਤੀਫਾ ਦਿੱਤਾ ਅਕਾਲੀ ਦਲ ਦਾ, ਜਿਨ੍ਹਾਂ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਸੀ। ਰਾਜ ਸਭਾ ਮੈਂਬਰ ਨੇ ਉਹ, ਉਹਨਾਂ ਨੇ ਉਹ ਨਹੀਂ ਸੱਡਿਆ, ਤਾਂ ਕਿਵੇਂ ਦੇਖਦੇ ਉਹਨਾਂ ਨੂੰ? ਇੱਕ ਤਾਂ ਬੀਬੀ ਨੂੰ ਸਮਝ ਲਓ ਕਿ ਤੂੰ ਤਾਂ ਬਣ ਨਹੀਂ ਸਕਦੀ ਰਾਜ ਸਭਾ ਦੀ ਮੈਂਬਰ, ਉਹ ਆਪਦੇ ਲਈ ਕਹਿੰਦੇ ਮੈਂ ਛੱਡਾਂ ਕਾਂਗਰਸ ਦਾ ਬਣੇ, ਕਾਂਗਰਸ ਦਾ ਜੇ ਮੈਂ ਛੱਡਣ ਨੂੰ ਵੀ ਤਿਆਰ ਸੀ, ਜੇ ਮੈਂ ਕਾਂਗਰਸ ਦਾ ਨਾ ਬਣਦਾ ਹੋਵੇ, ਕੋਈ ਅਕਾਲੀ ਬਣਦਾ ਹੋਵੇ, ਅਕਾਲੀ ਨਹੀਂ ਬਣ ਸਕਦਾ। ਸਰ ਢੀਂਡਸਾ ਜੀ ਸੁਖਬੀਰ ਦੀਆਂ ਜੇਕਰ ਦੋ ਤਿੰਨ ਨਾਕਾਮੀਆਂ ਆਪਾਂ ਨੇ ਗਿਣੀਆਂ ਹੋਣ ਤਾਂ ਉਹ ਕਿਹੜੀਆਂ ਗਿਣੋਗੇ ਪਹਿਲਾਂ ਜੀ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹਨੇ ਇੱਕ ਵੀ ਵਰਕਰ ਤੋਂ ਪੁੱਛ ਲਓ ਕਿ ਉਹਨੇ ਕੋਈ ਸੀਨੀਅਰ ਬੰਦਾ ਨਾਲ ਕੋਈ ਰਾਬਤਾ ਹੈ ਉਹਦਾ। ਠੀਕ ਹੈ ਜੀ। ਕਿਸੇ ਸ਼੍ਰੋਮਣੀ ਅਕਾਲੀ ਦਲ ਨੂੰ ਉਹਨੂੰ ਅੱਗੇ ਤੋਰਨ ਦਾ ਯਤਨ ਕੀਤਾ? ਠੀਕ ਹੈ ਜੀ। ਕੋਈ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁਤਾਬਕ ਚੱਲਿਆ? ਕੀ ਉਹਨੇ ਮੈਨੂੰ ਦੱਸੋ ਵੀ ਕਿ ਜਦੋਂ ਵੀ ਕੋਈ ਪਾਰਟੀ ਹਾਰਦੀ ਹੈ ਉਹਦਾ ਪ੍ਰਧਾਨ ਕਿਹੜਾ ਅਸਤੀਫਾ ਦਿੰਦਾ? ਕੀ ਉਹਨੇ ਅਸਤੀਫਾ ਦਿੱਤਾ? ਬੇਅਦਬੀ ਦਾ ਅੱਜ, ਕਿਉਂਕਿ ਮੈਂ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਕਿਸੇ 'ਤੇ ਇਲਜ਼ਾਮ ਲਾਉਂਦਾ ਵੀ ਅਜੇ ਤੱਕ ਫੈਸਲਾ ਹੋਣਾ,
क्योंकि ये लगेगा भी मैं शायद कोई धिर बन रहा। इस करके असं चाहते हैं भी बेअदबी वाला मसला जिन्ना चिर नहीं हल हों जिन्ने चर वो मुलजम फड़े नहीं जाते उन्नी देर सिखा दे कि सारे पंजाबियों जो गुरु ग्रंथ साहब मनने वाले ने जां गुरु ग्रंथ साहब सत्कार करने वाले ने वो कदे उन्हां दे ठंड नहीं मन च। अकाली दल की सर साख डाउन आने के कारण तुसीं सुखबीरवाद नूं मनदे हो? बहुता कारण उही है सर। बीजेपी दे जिहड़े लीडर आए ने ढिंडसा साहब तुसीं समझदे हो भी गुरु ग्रंथ साहब की बेअदबी तो बाद जिवें अकाली दल ते दोष लगे ने लीडरशिप ते पार्टी प्रधान मीटिंग हो रही है साड़ी तिना दी पहला फिर एक कमेटी बनावांगे छोटी जिहड़ी कल असीं तिन्न ही होवांगे पहला मैं रविंदर सिंह ते बनपुरा जी असी एक कमेटी छोटी बनावांगे जिहड़ी लोकां जाके कन्वेंस करेगा जिहड़े घरां च बैठे ने जां दूजियां पार्टियां चले गए असी अपील तां कीती है ते उहनां नूं भी मिलणगे जिन्हां ने मिलने की जतन की होर भी जो कोई सुझाव देणगे उहनां दे इक तुहाडे राही मैं दुबारा फिर अपील करना चाहुंदा कि जिन्ने बुद्धिजीवी ने जिन्ने नौजवान जथेबंदियां ने चाहे कॉलेजां च ने चाहे होर ने जिन्ने मुलाजमां दियां जथेबंदियां किसानां दियां जथेबंदियां संत महात्मा ने कोई धार्मिक नेता ने प्रोफेसर ने होर ने जिन्ने उन्हां सारयां नूं अपील है कि जिस तरह श्रोमणी गुरुद्वारा प्रबंधक कमेटी के हालात पैदा हुए ने उन्हें सुधारन लई जिस तरह का श्रोमणी कमेटी का अज कम चल रहा उन्हें सुधारन लई जिहड़े धार्मिक आगू ने उन्हां दी बेनती है जो भी आउण इस करके मेरी बेनती है कि सारे सानू सुझाव भी देन और जिहड़ी जिन्नी साडी मदद कर सकदी है वो मदद करन ताकि। हालांकि सुखदेव सिंह ढींडसा नाल उन्हां दे बेटे परमिंदर सिंह ढींडसा नज़र नहीं आए जिसते कहा जा रहा है कि छोटे ढींडसा विदेश गए हन ते वापस परत के ओ भी अपने पिता दे नाल ही खड़े नजर आउणगे। हुण अकाली दल लई वड्डी मुसीबत बन सकती है 21 दिसंबर नूं मुख्यमंत्री दे शहर पटियाला तों ढींडसा अकाली दल वर्करां नाल मिलके एक रैली कढ़नगे जिस विच परमिंदर सिंह ढींडसा भी पहुंच सकते हन। जेकर छोटे ढींडसा भी वड्डे ढींडसा नाल खड़े हो गए तां फिर अकाली दल लई मुसीबतां दा पहाड़ टुट पवेगा। उधर ढींडसा दी रैली विच पहुंचे अकाली आगुआं ने अपनी पार्टी नूं निशाने ते रख एक तो बाद एक तिखे वार कीते। जो सरदार सुखदेव सिंह ढींडसा जी ने अज जो भी अपना बनाए है मीटिंग साडा जो संगरूर ते बरनाला डिस्ट्रिक्ट है पूरी तरह सरदार सुखदेव सिंह ढींडसा दी रहनुमाई दे विच अज तक उन्हां दे वल्लों ही लंबे समय तो अकाली दल दीआं सफां दे विच काम कीता गया ते सारा ही जिला तकरीबन उन्हां दे नाल है। जो मेन साडे अहुदेदार साहिबान सारे ही अकाली दल दे जो भी वो अज की मीटिंग हाजिर हुए हैं। मोतबर बंद इकट्ठ से कोई आम बंदे वर्कर नहीं बुलाए गए ये सारे ही जिम्मेवार अहुदेदार वर्कर ही लगता सुनू भी जो अकाली दल की साख जी डाउन आई है वो सुखबीर बादल दीतियां जो डिटेक्टरशिप करनी ही जी डाउन आई है? बिल्कुल आप सारी देखते हैं भी अकाली दल का कदे भी इन्ना माड़ा हशर नहीं होया कि अकाली दल कदे विरोधी धिर भी ना आए। अकाली दल हमेशा पंजाब की राजनीति मां पार्टी रही है भी जिहड़े मसले चकने होर होना पर अज जो निगार इन्ना ज़्यादा आ चुका सीगा लोग घर अकाली दल दे बैठ गए जाके वह वर्क नहीं करते अज जदों ये इकट्ठ होया तो सानू आप मुहारे लोगों के सुनेहे आए जिन्हां नूं असीं समझते सी तो चलो कांग्रेस चले गए जां ये पंथक होर पार्टियां चले गए पर वह अज अके हुए सिर्फ बादल परिवार तो अके हुए उन्होंने अज दोबारा आके ढींडसा साहब का सपोर्ट से खड़े ने आके की लगता सूँ भी जो सुखदेव सिंह ढींडसा अकाली दल की अगवाई करते हैं भी जो पार्टी का म्यार है फिर उत्थे ही आ जाए? हाँ बिल्कुल जे सारे मिल बह के ढींडसा साहब के रहनुमाई के चलणगे तो इन्हों का बहुत लंबा तजर्बा ये मैनू उम्मीद है भी यह श्रोमणी अकाली दल नूं दोबारा मजबूत करनगे ते पार्टी की मैनू लगता भी आने वाले 2022 के श्रोमणी अकाली दल की सरकार बनेगी। देखो ये परिवार का है फैसला है जब परमिंदर जी का है मैं ये बारे ज़्यादा तो नहीं कह सकता बाकी तो उही ये बारे तो उही दस सकते।
ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।